ਅੱਜ ਹਲਕਾ ਖਡੂਰ ਸਾਹਿਬ ਦੇ ਜਿੰਨੇ ਵਿਧਾਨ ਸਭਾ ਹਲਕੇ ਆ, ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਜਿੰਨੇ ਵਿਧਾਨ ਸਭਾ ਹਲਕੇ ਆ, ਅੱਜ ਬਾਬਾ ਬਕਾਲ ਸਾਹਿਬ ਤੋਂ ਅਸੀਂ ਜਿਹੜਾ ਸ਼ੁਰੂਆਤ ਕਰ ਰਹੇ ਹਾਂ ਕਿ ਜਿਹੜੀ ਐਮਰਜੈਂਸੀ ਫਿਲਮ ਜਿਹੜੀ ਕੰਗਣਾ ਰਣੌਤ ਵੱਲੋਂ ਬਣਾਈ ਗਈ ਆ, ਉਹਦੇ ਵਿੱਚ ਜਿਹੜਾ ਬੜੇ ਨੀਵੇਂ ਪੱਧਰ ਦੀ ਜਿਹੜੀ ਉਹਦੀ ਸ਼ਬਦਾਵਲੀ ਵਰਤੀ ਗਈ ਆ, ਉਹਦੇ ਵਿੱਚ ਜਿਹੜਾ ਵਾ ਸਿੱਖਾਂ ਦੇ ਰੋਲ ਮਾਡਲ ਆ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ, ਉਹਨਾਂ ਨੂੰ ਬੜਾ ਇੱਕ ਅੱਤਵਾਦੀ ਦੇ ਰੂਪ ਦੇ ਵਿੱਚ ਦਿਖਾਇਆ ਗਿਆ। ਉਹਦੇ ਸੰਬੰਧ ਦੇ ਵਿੱਚ ਜਿਹੜਾ ਅਸੀਂ ਇਹ ਮੈਮੋਰੈਂਡਮ ਐਸ ਡੀ ਐਮ ਸਾਹਿਬ ਨੂੰ ਦੇਣ ਚੱਲੇ ਹਾਂ ਕਿ ਜਿਹੜੀ ਉਹਦਾ ਕੰਗਣਾ ਰਣੌਤ ਦਾ ਪਹਿਲਾਂ ਤੋਂ ਹੀ ਕਿਸਾਨੀ ਮੋਰਚੇ ਤੋਂ ਲੈ ਕੇ ਜਿਹੜਾ ਵਾ ਉਹ ਸਿੱਖੀ ਪ੍ਰਤੀ ਪੰਜਾਬ ਪ੍ਰਤੀ ਜਿਹੜਾ ਉਹਦਾ ਰਾਜਨੀਤਿਕ ਜਿਹੜਾ ਉਹਦੇ ਬਿਆਨਬਾਜ਼ੀ ਆ ਉਹ ਬੜੀ ਖਤਰਨਾਕ ਵਾ ਉਹ ਸਾਰੇ ਭਾਈਚਾਰਿਆਂ ਵਾਸਤੇ, ਅਤੇ ਹੁਣ ਵੀ ਉਹਨੂੰ ਸਗੋਂ ਰੋਕਣਾ ਚਾਹੀਦਾ ਸੀ ਪਰ ਭਾਜਪਾ ਨੇ ਉਹਨੂੰ ਟਿਕਟ ਦੇ ਕੇ ਅਤੇ ਉਹਨੂੰ ਐਮ ਪੀ ਬਣਾ ਕੇ ਹੋਰ ਪਾਵਰ ਦੇ ਦਿੱਤੀ ਕਿ ਤਾਂ ਕਿ ਉਹ ਖੁੱਲ੍ਹ ਕੇ ਸਿੱਖੀ ਦੇ ਵਿਰੁੱਧ ਪ੍ਰਚਾਰ ਕਰ ਸਕੇ। ਅਤੇ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਉਹਦੀ ਐਮਰਜੈਂਸੀ ਫਿਲਮ ਬਣਾਈ ਆ ਉਹਨੂੰ ਪੂਰਨ ਤੌਰ 'ਤੇ ਉਹਦਾ ਜਿਹੜੀ ਪਾਬੰਦੀ ਲਾਈ ਜਾਣੀ ਚਾਹੀਦੀ। ਇਸ ਦੇ ਸੰਬੰਧ ਦੇ ਵਿੱਚ ਅਸੀਂ ਇਹ ਹਲਕੇ ਬਾਬਾ ਬਕਾਲਾ ਵੱਲੋਂ ਅੱਜ ਐਸ ਡੀ ਐਮ ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਜਾ ਰਹੇ। ਇਹਦੇ ਉੱਤੇ ਵੈਸੇ ਹਾਈਕੋਰਟ ਵੱਲੋਂ ਜਿਹੜਾ ਹੈਗਾ ਬੰਬੇ ਹਾਈਕੋਰਟ ਵੱਲੋਂ ਵੀ ਉਹ ਕਹਿੰਦੇ ਕਿ ਅਸੀਂ ਇਹ ਕਲੀਅਰੈਂਸ ਨੂੰ ਲੈ ਜਿਹੜਾ ਹੈਗਾ ਦੇਖ ਰਹੇ ਹਾਂ ਔਰ ਸੈਂਸਰ ਬੋਰਡ ਵੀ ਕਹਿ ਰਿਹਾ ਕਿ ਅਸੀਂ ਕਲੀਅਰੈਂਸ ਨੂੰ ਲੈ ਜਾ। ਹਾਂ ਦੇਖੋ ਕੋਰਟ ਦੇ ਵਿੱਚ ਹੋਰ ਨਾ ਵੀ ਦੇਸ਼ ਦੇ ਵੱਖ ਵੱਖ ਥਾਵਾਂ ਤੋਂ ਵੀ ਜਿਹੜੀ ਅਪਰੋਚ ਕੀਤੀ ਗਈ ਆ ਪਰ ਅਸੀਂ ਜਿੰਨਾ ਕੁ ਸਾਨੂੰ ਲੱਗਾ ਠੀਕ ਹੈ ਅਸੀਂ ਵੀ ਆਪਣੇ ਤੌਰ 'ਤੇ ਕੋਈ ਨਾ ਕੋਈ ਸਾਨੂੰ ਯਤਨ ਕਰਨੇ ਚਾਹੀਦੇ ਆ ਉਹਦੇ ਸੰਬੰਧ ਦੇ ਵਿੱਚ ਹੀ ਅਸੀਂ ਜਿਹੜਾ ਅੱਜ ਬਾਬਾ ਬਕਾਲ ਸਾਹਿਬ ਐਸ ਡੀ ਐਮ ਸਾਹਿਬ ਨੂੰ ਮਿਲ ਜਾ ਰਹੇ। ਇਹ ਤੋਂ ਇਲਾਵਾ ਹੋਰ ਵੀ ਕਿਸੇ ਤਰ੍ਹਾਂ ਦਾ ਕੋਈ ਪ੍ਰੋਟੈਸਟ ਪਹਿਲਾਂ ਵੀ ਹੈਗੇ? ਹਾਂਜੀ ਜੇਕਰ ਇਹ ਫਿਲਮ ਲੱਗਦੀ ਆ ਫਰਦਰ ਇਸ ਤੋਂ ਬਾਅਦ ਕਿਉਂਕਿ ਤੁਸੀਂ ਤੇ ਹੁਣ ਮੰਗ ਪੱਤਰ ਦੇਣ ਜਾ ਰਹੇ ਹੋ ਕਿ ਹਾਂਜੀ ਜੇ ਅੱਗੇ ਤੋਂ ਜੇ ਨਹੀਂ ਕੋਈ ਇੱਥੇ ਰੋਕ ਲੱਗਦੀ ਤਾਂ ਫਿਰ ਉਹਦਾ ਉਹਨੂੰ ਰੋਕਣ ਵਾਸਤੇ ਕੋਈ ਨਾ ਕੋਈ ਤਾਂ ਫਿਰ ਯਤਨ ਕਰਾਂਗੇ ਉਹ ਬਾਅਦ ਦੇ ਵਿੱਚ ਹੀ ਹੋਊਗਾ ਜੀ। ਸ਼ਾਇਦ ਹੋ ਸਕਦਾ ਕੋਰਟ ਇੱਥੇ ਪਾਬੰਦੀ ਲਾ ਦੇਵੇ ਸਾਨੂੰ ਯਕੀਨ ਆ ਪਰ ਫਿਰ ਵੀ ਨਾ ਹੋਇਆ ਫਿਰ ਸਲਾਹ ਕਰਕੇ ਜਿਹੜਾ ਅੱਗੇ ਵਾਲਾ ਪ੍ਰੋਗਰਾਮ ਜਿਹੜਾ ਉਹਦੇ ਵਿੱਚ ਵਿਚਾਰ ਕੀਤੀ ਜਾਊਗਾ। ਭਾਜਪਾ ਦੇ ਲਈ ਕੁਛ ਕਹਿਣਾ ਚਾਹੋ ਕਿਉਂਕਿ ਪਾਰਟੀ ਕੇਂਦਰ ਨੂੰ ਚਾਹੀਦਾ ਹੈਗਾ ਕਿ ਉੱਥੇ ਸਟੈਂਡ ਆਪਣਾ ਸਪਸ਼ਟ ਕਰਨ ਨੂੰ ਕਿਉਂਕਿ ਉਹਨਾਂ ਦੇ ਮੌਜੂਦਾ ਐਮ ਪੀ ਨੇ? ਨਹੀਂ ਭਾਜਪਾ ਨੂੰ ਤਾਂ ਚਾਹੀਦਾ ਹੀ ਨਹੀਂ ਇਹ ਜਦੋਂ ਉਹਦਾ ਪਤਾ ਹੀ ਆ ਕਿ ਉਹਨੇ ਪਹਿਲਾਂ ਤਾਂ ਉਹਦਾ ਰੋਲ ਜਿਹੜਾ ਤੁਸੀਂ ਦੇਖਿਆ ਕਿਸਾਨੀ ਮੋਰਚੇ ਤੋਂ ਲੈ ਗਈ ਉਹ ਸਾਡੀਆਂ ਮਾਤਾਵਾਂ ਨੂੰ ਭੈਣਾਂ ਨੂੰ ਜਿਹੜਾ ਉੱਥੇ ਦਿੱਲੀ ਮੋਰਚੇ ਦੇ ਉੱਤੇ ਕਿੱਦਾਂ ਦੇ ਲਫ਼ਜ਼ ਬੋਲਦੀ ਰਹੀ ਅਸੀਂ ਤਾਂ ਉਹ ਦੁਹਰਾਉਣਾ ਨਹੀਂ ਚਾਹੁੰਦੇ ਅਤੇ ਉਹਨੂੰ ਤਾਂ ਸਗੋਂ ਚਾਹੀਦਾ ਸੀਗਾ ਕਿ ਉਹਨੂੰ ਵੈਸੇ ਹੀ ਸਾਈਡ 'ਤੇ ਕਰਦੀ ਪਰ ਅਸੀਂ ਪਤਾ ਨਹੀਂ ਉਹਦੀ ਕੀ ਮਨਸ਼ਾ ਭਾਜਪਾ ਦੀ ਕਿਉਂ ਉਹਨੂੰ ਉੱਪਰ ਚੱਕਣਾ ਚਾਹੁੰਦੇ ਉਹਨੇ ਜਿਹੜੀ ਆ ਉਹਨੂੰ ਐਮ ਪੀ ਦੀ ਸੀਟ ਦੇ ਕੇ ਸਗੋਂ ਨਵਾਜਿਆ ਵਾ ਅਤੇ ਉਹ ਸ਼ਾਇਦ ਤਕੜੀ ਹੋ ਗਈ ਜਿਹੜੀ ਸਿੱਖਾਂ ਦੇ ਵਿਰੁੱਧ ਇਹ ਕੰਮ ਕਰੇ। ਅਸੀਂ ਤਾਂ ਅਜੇ ਭਾਜਪਾ ਨੂੰ ਕਹਿੰਦੇ ਹਾਂ ਕਿ ਜੇ ਉਹਨੇ ਕੋਈ ਰਾਜ ਕਰਨਾ ਇਹੋ ਜਿਹੀਆਂ ਭਾਵਨਾਵਾਂ ਦੇ ਨਾਲ ਲੋਕਾਂ ਦੇ ਖਿਲਵਾੜ ਨਾ ਕਰਕੇ ਕੋਈ ਉੱਦਾਂ ਸਿੱਧੀ ਰਾਜਨੀਤੀ ਚੰਗੀ ਤਰ੍ਹਾਂ ਕਰੇ ਕਿਉਂਕਿ ਉਹਨੂੰ ਚਾਹੀਦਾ ਉਹਦੇ 'ਤੇ ਲਗਾਮ ਲਾਉਣੀ ਚਾਹੀਦੀ ਆ ਆਪਣੇ ਤੌਰ 'ਤੇ ਜਿਵੇਂ ਉਹ ਬੋਲਦੀ ਆ ਉਹਨੂੰ ਰੋਕਣਾ ਚਾਹੀਦਾ ਤਾਂ ਕਿ ਦੂਜੇ ਜਿਹੜੇ ਪੰਜਾਬ ਦੇ ਵਿੱਚ ਭਾਈਚਾਰੇ ਅਮਨ ਸ਼ਾਂਤੀ ਨਾਲ ਰਹਿ ਰਹੇ ਆ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਦਰਾੜ ਨਾ ਪਵੇ। ਅੱਜ ਦਾ ਮੰਗ ਪੱਤਰ ਦੇਣ ਦਾ ਮੁੱਖ ਮਕਸਦ ਆ ਕਿ ਜਿਹੜੀ ਕੰਗਣਾ ਰਣੌਤ ਵੱਲੋਂ ਐਮਰਜੈਂਸੀ ਫਿਲਮ ਬਣਾਈ ਗਈ ਆ ਉਹਦੇ ਉੱਤੇ ਸੈਂਸਰ ਬੋਰਡ ਨੂੰ ਅਤੇ ਸਰਕਾਰ ਇਸੇ ਤਰ੍ਹਾਂ ਜਿਹੜੀ ਆ ਉੱਥੇ ਸੈਂਸਰ ਬੋਰਡ ਦੇ ਇੱਥੇ ਐਸ ਡੀ ਐਮ ਸਾਹਿਬ ਦੇ ਥਰੂ ਜਿਹੜੀ ਅਸੀਂ ਮੰਗ ਕਰਦੇ ਹਾਂ ਕਿ ਸੈਂਸਰ ਬੋਰਡ ਜਿਹੜਾ ਇੱਥੇ ਪੂਰਨ ਤੌਰ 'ਤੇ ਪਾਬੰਦੀ ਲਾਵੇ ਕਿਉਂਕਿ ਇਹਦੇ ਵਿੱਚ ਜਿਹੜਾ ਸਾਡੇ ਬਹੁਤ ਮਹਾਨ ਸਤਿਕਾਰਯੋਗ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਜਿਹੜਾ ਇੱਕ ਰੋਲ ਮਾਡਲ ਨੇ ਉਹਨਾਂ ਨੂੰ ਜਿਹੜਾ ਬੜਾ ਨੀਵਾਂ ਵਿਖਾਇਆ ਗਿਆ ਵਾ ਅਤੇ ਉਹਦੇ ਵਾਸਤੇ ਜਿਹੜਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਨੂੰ ਬਣਾਈ ਰੱਖਣ ਵਾਸਤੇ ਜਿਹੜਾ ਵਾ ਇਹ ਫਿਲਮ ਦੇ ਉੱਤੇ ਬੈਨ ਲੱਗਣਾ ਬਹੁਤ ਜ਼ਰੂਰੀ ਆ ਅਤੇ ਅਸੀਂ ਐਸ ਡੀ ਐਮ ਸਾਹਿਬ ਦੇ ਬਹੁਤ ਧੰਨਵਾਦੀ ਹਾਂ ਕਿ ਜਿੱਦਾਂ ਸਾਡੀ ਡਿਮਾਂਡ ਸੀ ਕਿ ਉਹ ਖੁਦ ਆ ਕੇ ਸੰਗਤ ਦੇ ਵਿੱਚ ਜਿਹੜਾ ਇਹ ਮੰਗ ਪੱਤਰ ਲੈਣ ਉਹ ਇੱਥੇ ਆਏ ਆ ਅਤੇ ਉਹਨਾਂ ਨੂੰ ਅਸੀਂ ਜਿਹੜਾ ਮੰਗ ਪੱਤਰ ਤੁਹਾਡੇ ਸਾਹਮਣੇ ਸੌਂਪਿਆ। ਸਾਡਾ ਮੀਡੀਆ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਜਿਹੜੀ ਇਹ ਸਾਡੀ ਆਵਾਜ਼ ਆ ਇਹ ਦੂਰ ਤੱਕ ਪਹੁੰਚਾਉਣਗੇ ਪੰਜਾਬ ਸਰਕਾਰ ਤੱਕ ਕਿ ਲੋਕ ਕੀ ਚਾਹੁੰਦੇ ਪੰਜਾਬ ਦੇ ਕਿ ਜਿਹੜੀ ਇਹ ਫਿਲਮ ਆ
ਉਹ ਭਾਈਚਾਰੇ ਦੇ ਵਿੱਚ ਕਿਸੇ ਕਿਸਮ ਦੀ ਨਫ਼ਰਤ ਨਾ ਪੈਦਾ ਕਰ ਸਕੇ, ਇਹਨੂੰ ਜਿਹੜੀ ਪਾਬੰਦੀ ਲਾਈ ਜਾਵੇ। ਹੋਰ ਅਸੀਂ ਪੰਜਾਬ ਵਾਸੀਆਂ ਨੂੰ ਜਿਹੜਾ ਧਰਮ ਜਾਤ ਤੋਂ ਉੱਪਰ ਉੱਠ ਕੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਹਿੰਦੇ ਹਾਂ ਕਿ ਸਾਰੇ ਜਾਣੇ ਫਿਲਮ ਦਾ ਵਿਰੋਧ ਕਰਨ ਤਾਂ ਕਿ ਇਹ ਫਿਲਮ 'ਤੇ ਬੈਨ ਲੱਗੇ ਅਤੇ ਪੰਜਾਬ ਦੇ ਵਿੱਚ ਜਿਹੜੀ ਅਮਨ ਸ਼ਾਂਤੀ ਆ ਉਹ ਬਣੀ ਰਹੇ। ਇਹ ਮੰਗ ਪੱਤਰ ਜਿਹੜਾ ਹੈਗਾ ਉਹਨਾਂ ਨੇ ਦਿੱਤਾ ਜੀ ਪਾਰਟੀਜ਼ ਵੱਲੋਂ, ਸਿੱਖ ਜਥੇਬੰਦੀਆਂ ਦਾ ਸੀਗਾ ਜਿਨ੍ਹਾਂ ਨੇ ਕੰਗਨਾ ਰਣੌਤ ਦੀ ਜਿਹੜੀ ਫਿਲਮ ਐਮਰਜੈਂਸੀ ਉਹਦੇ ਵਿਰੋਧ ਦੇ ਵਿੱਚ ਦਿੱਤਾ, ਅਤੇ ਇਹਨਾਂ ਦਾ ਮੰਗ ਪੱਤਰ ਜਿਹੜਾ ਉਹ ਅੱਗੇ ਪਹੁੰਚਾ ਦਿੱਤਾ ਜਾਏਗਾ। ਨਹੀਂ ਉਹਨਾਂ ਨੇ ਸਾਡੇ ਵੱਲੋਂ ਹੋਰ ਕੋਈ ਐਸੀ ਗੱਲ ਨਹੀਂ ਕੀਤੀ, ਬਾਕੀ ਕੋਈ ਸਾਨੂੰ ਕੋਈ ਕਿਸੇ ਕਿਸਮ ਦੀ ਕੋਈ ਡਾਇਰੈਕਸ਼ਨਸ ਨਹੀਂ ਹੈ। ਔਰ ਜਿਵੇਂ ਉਹਨਾਂ ਨੇ ਮੰਗ ਪੱਤਰ ਦਿੱਤਾ ਉਹ ਅੱਗੇ ਅਸੀਂ ਅੱਗੇ ਡੀ ਸੀ ਸਾਹਿਬ ਨੂੰ ਭੇਜ ਕੇ ਅੱਗੇ ਸੀ ਐਮ ਸਾਹਿਬ ਤੱਕ ਪਹੁੰਚਾ ਦਿਆਂਗੇ।